ਲੋਨਾਵਲਾ 'ਚ ਪਿਕਨਿਕ ਮਨਾਉਣ ਆਏ ਇਸ ਪਰਿਵਾਰ ਦੇ ਨਾਲ ਉਸ ਵੇਲੇ ਮੰਦਭਾਗਾ ਹਾਦਸਾ ਵਾਪਰ ਗਿਆ ਜਦੋਂ ਵਾਟਰਫਾਲ ਦੇ ਤੇਜ਼ ਪਾਣੀ ਦੇ ਵਹਾਅ 'ਚ ਪੂਰਾ ਪਰਿਵਾਰ ਰੁੜ ਗਿਆ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਲੋਨਾਵਲਾ 'ਚ ਸਥਿਤ ਭੂਸ਼ੀ ਧਾਮ ਵਾਟਰਫਾਲ ਦੇ ਉੱਤੇ ਇਹ ਪਰਿਵਾਰ ਪਿਕਨਿਕ ਮਨਾਉਣ ਦੇ ਲਈ ਪਹੁੰਚਿਆ ਸੀ, ਜਿਸ ਦੇ ਵਿੱਚ ਦੋ ਬੱਚੇ ਵੀ ਸ਼ਾਮਲ ਸਨ। ਤੇਜ਼ ਬਾਰਿਸ਼ ਦੇ ਨਾਲ ਵਾਟਰਫਾਲ ਦੇ ਵਿੱਚ ਆਏ ਤੇਜ਼ ਪਾਣੀ ਨੇ ਇਸ ਪੂਰੇ ਪਰਿਵਾਰ ਨੂੰ ਆਪਣੀ ਲਪੇਟ 'ਚ ਲੈ ਲਿਆ। ਆਲੇ ਦੁਆਲੇ ਦੇ ਲੋਕਾਂ ਵੱਲੋਂ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਾਮਯਾਬ ਨਾ ਹੋ ਸਕੇ। ਜਾਣਕਾਰੀ ਮੁਤਾਬਕ ਇਹ ਪਰਿਵਾਰ ਪੂਨੇ ਦੇ ਨਾਲ ਸੰਬੰਧ ਰੱਖਦਾ ਸੀ। ਇਸ ਪਰਿਵਾਰ ਦੇ ਵਿੱਚ ਪਤੀ ਪਤਨੀ ਅਤੇ ਉਹਨਾਂ ਦੇ ਤਿੰਨ ਬੱਚੇ ਸ਼ਾਮਲ ਨੇ, ਜਿਨ੍ਹਾਂ ਦੀ ਦੁਖਦਾਈ ਮੌਤ ਹੋਣ ਦੀ ਖਬਰ ਦੱਸੀ ਜਾ ਰਹੀ ਹੈ। ਬਹੁਤ ਤਕਲੀਫ ਹੋ ਗਈ।